ਲੁਧਿਆਣਾ ਦੇ ਇਲਾਕਾ ਮਾਡਲ ਟਾਊਨ ਵਿੱਚ ਕਾਂਗਰਸ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਵਰਕਰਾਂ ਨਾਲ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਅਕਾਲੀ ਦਲ ਤੇ ਸ਼ਬਦੀ ਵਾਰ ਕੀਤੇ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਜੋ ਵੀ ਵਰਕਰ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉੱਥੇ ਉਨ੍ਹਾਂ ਵੀਡੀਓ ਵਾਇਰਲ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਨੇ ਅਕਾਲੀ ਦਲ ਵਾਲਿਆਂ ਨੂੰ ਛੋਟੇ ਬੱਚੇ ਕਰਾਰ ਦਿੰਦਿਆਂ ਕਿਹਾ ਕਿ ਜਿਵੇਂ ਬੱਚੇ ਗੇਮ ਖੇਡਦੇ ਹਨ ਉਸੇ ਤਰ੍ਹਾਂ ਅਕਾਲੀ ਦਲ ਵਾਲੇ ਡਬਿੰਗ ਕਰ ਵੀਡੀਓ ਨਾਲ ਗੇਮ ਖੇਡ ਰਹੇ ਨੇ। ਪਾਰਟੀਆਂ ਅਲੱਗ ਜਗ੍ਹਾ ਏ, ਇੱਕ ਪਰਿਵਾਰ ਦਾ ਰਿਸ਼ਤਾ ਅਲੱਗ ਜਗ੍ਹਾ ਅਤੇ ਕੋਚਰ ਸਾਹਿਬ ਨੇ ਜਿਹੜੀ ਬਾਂਹ ਫੜੀ ਆ ਸਾਡੀ ਉਦਣ ਦੇ, ਮੈਂ ਸਮਝਦਾ ਇਸ ਦੋ ਤਿੰਨ ਵਾਰਡਾਂ ਦੇ ਵਿੱਚ, ਦੋ ਤਿੰਨ ਆਲੇ ਦੁਆਲੇ ਦੇ ਆਤਮਨਗਰ ਦੇ ਕੌਂਸਟੀਚੁਐਂਸੀ 'ਚ ਇੱਕ ਤਰ੍ਹਾਂ ਦਾ ਮੈਂ ਸਮਝਦਾ ਸਫਾਈ ਕਰਤੀ ਇਹਨਾਂ ਨੇ। ਅਤੇ ਅੱਜ ਸਾਰੇ ਜਿਹੜੇ ਇੱਕ ਇੱਕ ਬੰਦਾ 500 ਵੋਟ ਜਿਹੜਾ ਪਵਾਉਣ ਦੇ ਕਾਬਲ ਆ ਉਹਨਾਂ ਨੂੰ ਇਹਨਾਂ ਨੇ ਸੱਦ ਕੇ ਇਕੱਲੇ ਇਕੱਲੇ ਨੂੰ ਮੀਟਿੰਗ ਕਰਾਈ, ਮਿਲਾਇਆ ਏ। ਅਤੇ ਮੈਂ ਕੋਚਰ ਸਾਹਿਬ ਦਾ ਬਹੁਤ ਹੀ ਬਹੁਤ ਧੰਨਵਾਦੀ ਹਾਂ। ਦੇਖੋ, ਇਹ ਮੈਨੂੰ ਲੱਗਦਾ 19 ਤਰੀਕ ਤੱਕ, 19 ਨੂੰ ਬੰਦ ਹੋਣਗੀਆਂ, 19 ਤੱਕ ਇਹ ਰੋਜ਼ ਇਹੋ ਜਿਹੀਆਂ ਵੀਡੀਓ ਅਕਾਲੀ ਦਲ ਬਣਾ ਬਣਾ ਬਿਲਕੁਲ ਪੇਸ਼ ਕਰਦਾ ਰਹੇਗਾ, ਡਬਿੰਗ ਕਰਦਾ ਏ ਰੋਜ਼। ਜਦੋਂ ਇੱਕ ਸਾਡੀ ਜਿੱਦਣ ਵੱਡੀ ਰੈਲੀ ਕੋਚਰ ਸਾਹਿਬ ਵਰਗੇ ਕਰਦੇ ਆ, ਭੋਲਾ ਸਾਹਿਬ ਵਰਗੇ ਕਰਦੇ ਆ, ਉਦੋਂ ਇੱਕ CD ਤਿਆਰ ਕਰਕੇ, ਕਿਉਂਕਿ ਤੈਨੂੰ ਪਤਾ ਤੁਹਾਨੂੰ ਵੱਡੇ ਵੱਡੇ ਚੈਨਲ ਨੇ ਇਹਨਾਂ ਦੇ, ਉਹ ਚੈਨਲ ਵਾਲੇ ਸਾਰੀ ਜਗ੍ਹਾ, ਚਾਹੇ ਉਹ ਬਠਿੰਡੇ ਚਾਹੇ ਫਿਰੋਜ਼ਪੁਰ, ਉੱਥੇ ਦੀਆਂ ਵੀ ਰੋਜ਼ ਵੀਡੀਓ ਆਉਂਦੀਆਂ, ਲੁਧਿਆਣੇ ਦੀਆਂ ਵੀ ਵੀਡੀਓ ਆਉਂਦੀਆਂ, ਜਿੱਥੇ ਜਿੱਥੇ ਇਹਨਾਂ 'ਚ ਘਬਰਾਹਟ ਆ, ਖਤਰਾ ਏ। ਅਤੇ ਇਹ ਜਵਾਕਾਂ ਵਾਲੀਆਂ ਵੀਡੀਓ, ਜਿਵੇਂ ਜਵਾਕ ਨਹੀਂ ਵੀਡੀਓ ਗੇਮ ਖੇਡਦੇ ਹੁੰਦੇ, ਇਹ ਬੱਚਿਆਂ ਵਾਂਗੂ ਉਹ ਵੀਡੀਓ ਗੇਮਾਂ ਬਣਾ ਬਣਾ ਖੇਡਦੇ ਆ। ਅੱਜ ਦੀ ਮੀਟਿੰਗ ਦਾ ਸਿਹਰਾ ਮੇਰੇ ਵੀਰ ਸਾਰੇ, ਕੌਂਸਲਰ ਸਾਹਿਬਾਨ ਕੜਵਲ ਸਾਹਿਬ, ਜਿੱਦੂ ਸਾਹਿਬ, ਨਰੂਲਾ ਜੀ ਅਤੇ ਹਰਪ੍ਰੀਤ ਡੰਗ ਜੀ ਅਤੇ ਆਪਣੇ ਕੁਲਦੀਪ ਚੌਹਾਨ ਜੀ, ਇਹਨਾਂ ਦੀ ਟੀਮ ਸਾਰੀ, ਜਿਨ੍ਹਾਂ ਨੇ ਮੈਨੂੰ ਬੜਾ ਬਲ ਬਖਸ਼ਿਆ ਔਰ ਇਹਨਾਂ ਨੇ ਮੈਨੂੰ ਤਾਕਤ ਬਖਸ਼ੀ ਹੈ ਕਿ ਇਹੋ ਜਿਹੀਆਂ ਮੀਟਿੰਗਾਂ ਮੈਂ ਕਰਾਉਂਦਾ ਹੀ ਰਹੂੰਗਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।